पुलिस वाले ने थाने चो चोरी कीतियां दो AK-47 बंदूकां। व्यापारी दे घर लुटन दे इरादे नाल कीता हमला। अगो व्यापारी ने भी करती फायरिंग, फिर की सी पुलिस वालियां नू पै गईआं भजणा। अगे भी कई बार ये पुलिसकर्मी थाने दे विचों चोरी कर चुके ने कई बंदूकां। बठिंडा पुलिस ने दोषी मुलजम इन्हां पुलिस वालियां नू कीता गिरफ्तार। आरोपी संदीप सिंह ते साहिब सिंह तीन साथियों समेत गिरफ्तार। पहला भी संदीप थाने दे विचों चोरी कर चुका है 13 मारू बंदूकां। उस वेले थाने दा मुंशी हुंदा सी संदीप। वड्डे अधिकारियों ने पहला ही इन्हां दोहां नू करता सी बरखास्त। कई केसां दे विच सन भगौड़े। तीन मामलों तो बाद हुण पुलिस दे शिकंजे च फसे ये दो आरोपी संदीप अते साहिब सिंह। CCTV तस्वीरां सामने आईयां ने जिस विच हमला करदे दिखाई दिते ने संदीप सिंह अते साहिब सिंह। हुण पुलिस ने इन्हां नू तीन साथियों दे समेत गिरफ्तार कर लिया है। दोषियों दे कोलों बरामद होईयां ने सरकारी बंदूकां। SSP बठिंडा ने प्रेस कॉन्फ्रेंस करके अहम जानकारी दिती है, आओ सुनदे हां। नवंबर 2022 ਬੁੱਚੋਕਲਾਂ ਇੱਕ ਇੰਸੀਡੈਂਟ ਹੋਇਆ ਸੀ ਜਿਹਦੇ ਵਿੱਚ 5-6 ਜਣੇ ਦੋ ਤਿੰਨਾਂ ਨੇ ਪੁਲਿਸ ਦੀ ਵਰਦੀਆਂ ਪਾਈ ਹੋਈ ਸੀ, ਦੋ ਤਿੰਨ ਸਿਵਲ ਵਰਦੀ ਦੇ ਵਿੱਚ ਸੀ ਅਤੇ ਕਿਸੇ ਦੇ ਘਰੇ ਵੜ ਕੇ ਅਤੇ ਉਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਉਹਦੇ ਸੰਬੰਧੀ ਕੈਂਟ ਥਾਣੇ 156/2 FIR ਰਜਿਸਟਰ ਕੀਤੀ ਗਈ ਸੀ। ਇਹਨੂੰ ਕਾਫੀ ਟਾਈਮ ਤੋਂ ਅਸੀਂ ਇਸ ਕੇਸ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰਨ ਡੇ ਹਾਂ ਅਤੇ ਉਦੋਂ ਹੁਣ ਆਹ ਕੇਸ ਜਿਹੜਾ ਹੈ ਸਾਡੀ CIA ਟੀਮ ਅਤੇ ਕੈਂਟ ਥਾਣੇ ਦੀ ਟੀਮ ਨੇ ਜੁਆਇੰਟਲੀ ਇਹਨੂੰ ਟਰੇਸ ਕੀਤਾ ਹੈ। ਇਹਦੇ ਵਿੱਚ ਦੋਸ਼ੀ ਸੰਦੀਪ ਸਿੰਘ ਜਿਹੜਾ ਡਿਸਮਿਸਡ ਹੈੱਡ ਕੋਂਸਟੇਬਲ ਹੈ ਅਤੇ ਇਹਦਾ ਸਾਥੀ ਸਾਹਿਬ ਸਿੰਘ ਜਿਹੜਾ ਵੀ ਪੁਲਿਸ ਮਹਿਕਮੇ 'ਚੋਂ ਡਿਸਮਿਸ ਕੀਤਾ ਜਾ ਚੁੱਕਿਆ ਹੈ। ਇਹਨਾਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਵਾਰਦਾਤ ਦੇ ਵਿੱਚ ਯੂਜ਼ ਕੀਤੀ ਜਿਹੜੀ ਇਹਨਾਂ ਨੇ ਯੂਜ਼ ਕੀਤੀ ਸੀ AK-47 ਰਾਈਫਲਾਂ ਉਹ ਦੋ ਬਰਾਮਦ ਕੀਤੀਆਂ ਨੇ। ਇਸ ਤੋਂ ਇਲਾਵਾ ਇਹਨਾਂ ਤੋਂ ਹੋਰ ਇੱਕ ਰਾਈਫਲ 315 ਬੋਰ ਉਹ ਵੀ ਰਿਕਵਰ ਕੀਤੀ ਗਈ ਹੈ। ਇਹਨਾਂ ਦੋਨਾਂ ਦੋਸ਼ੀਆਂ ਨੇ ਹੋਰ ਵੀ ਇਹਨਾਂ ਦੇ ਸਾਥੀਆਂ ਦੇ ਨਾਂ ਦੱਸੇ ਨੇ ਜਿਨ੍ਹਾਂ ਦੀ ਅਸੀਂ ਪਛਾਣ ਕਰ ਲਈ ਹੈ ਅਤੇ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਨ ਲਈ ਐਫਰਟਸ ਕਰਨ ਡੇ ਹਾਂ, ਉਹਨਾਂ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ। ਜਿਹੜਾ ਸਰ SPD ਸਾਹਿਬ ਵਿੱਚ ਦੋ ਬੰਦੇ ਤੁਸੀਂ ਫਾਈਲ ਸੰਦੀਪ ਔਰ ਗੁਰਤਾਪ ਹੈ ਨਾ, ਇੱਕ ਤੀਸਰਾ ਬੰਦੇ ਦਾ ਨਾਮ ਸਾਹਮਣੇ ਆ ਰਿਹਾ, ਉਹ ਵੀ ਪੁਲਿਸ ਕੋਲ ਆ ਜਾਂਦਾ ਹੈ, ਕਿਸੇ ਬਾਬੇ ਨਾਲ ਗੱਲ ਨਹੀਂ ਚੱਲ ਰਿਹਾ। ਔਰ ਇੱਕ ਨੇ ਜਿਹੜੀ ਸਾਲਟ ਕਹਿੰਦੇ ਰਾਈਫਲ ਝੀਲਾਂ ਦੇ ਵਿੱਚ ਸੁੱਟੀ ਸੀ ਉਹ ਬਰਾਮਦ ਕਰ ਲਈ। ਦੋ ਰਾਈਫਲਾਂ ਜਿਹੜੀ ਹੈ AK-47 ਉਹ ਅਸੀਂ ਬਰਾਮਦ ਕਰ ਲਈ ਹੈ ਇਹਨਾਂ ਦੋਨਾਂ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ। ਤੇ ਜਿਹੜਾ ਬਾਕੀ ਹੋਰ ਇਹਦੇ ਵਿੱਚ ਜੋ ਵੀ ਕੋਈ ਇਨਵੋਲਵ ਹੋਊਗਾ ਉਹਨਾਂ ਦੀ ਪੁੱਛਗਿੱਛ ਅਜੇ ਚੱਲਣ ਰਹੀ ਹੈ। ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਅਸੀਂ ਹਾਸਿਲ ਕਰਾਂਗੇ। ਹੋਰ ਵੀ ਜੇ ਕਿਸੇ ਦਾ ਇਸ ਵਾਰਦਾਤ ਦੇ ਵਿੱਚ ਨਾਂ ਸਾਹਮਣੇ ਆਊਗਾ ਉਹਨੂੰ ਵੀ ਅਸੀਂ ਗ੍ਰਿਫਤਾਰ ਕਰਕੇ ਉਹਦੇ ਬਣ ਦੀ ਕਾਰਵਾਈ ਕਰਾਂਗੇ। ਸਰ ਇਹ ਸਾਲ ਤੱਕ ਵੀ ਜਿਹੜਾ ਰਵੀ ਦੋਸ਼ੀ ਹੈ ਉਹ ਵਿਦੇਸ਼ ਭੱਜ ਚੁੱਕਿਆ ਹੈ, ਪੁਲਿਸ ਨੇ ਕੋਈ ਐਫਰਟ ਨਹੀਂ ਕੀਤਾ ਕਿ ਉਹਦੀ ਗ੍ਰਿਫਤਾਰੀ ਹੋ ਸਕੇ ਪਹਿਲਾਂ ਵਾਲੇ ਮਾਮਲੇ 'ਚ। ਰਵੀ ਦੋਸ਼ੀ 165/2 FIR ਦੇ ਵਿੱਚ ਅਰੈਸਟ ਹੋ ਚੁੱਕਿਆ ਹੈ, ਉਹਦਾ ਚਲਾਨ ਵੀ ਅਸੀਂ 2 ਕੋਰਟ ਕਰਾ ਚੁੱਕੇ ਹਾਂ। ਜਦੋਂ ਉਹ ਬੇਲ 'ਤੇ ਬਾਹਰ ਆਇਆ ਉਦੋਂ ਦਾ ਉਹ ਪਿਛਲੀ 2 ਬੇਲਾਂ ਜੰਪ ਕਰ ਚੁੱਕਿਆ ਹੈ, ਉਹਨੂੰ ਵੀ ਅਸੀਂ ਫੜਨ ਲਈ ਪੂਰੇ ਐਫਰਟਸ ਕਰਨ ਦੇ ਹਾਂ। ਉਹ ਆਲਰੇਡੀ ਅਰੈਸਟ ਨੇ 165/2 FIR ਦੇ ਵਿੱਚ ਰਵੀ, ਉਹ ਸਾਰਾ ਅਸੀਂ ਵੈਰੀਫਾਈ ਕਰਨ ਡਿਆਂ, ਉਹਦੀ ਹੁਣ ਲੋਕੇਸ਼ਨ ਕੀ ਹੈ ਉਹ ਸਾਰਾ ਅਸੀਂ ਵਰਕ ਕਰਨ ਡਿਆਂ। ਸਰ ਜਿਹੜੀਆਂ ਸਾਲਟਾਂ ਜਿਹੜੀਆਂ ਹੈਗੀਆਂ ਇਹ ਸਰਕਾਰੀ ਸੀ ਜਾਂ ਕੋਈ ਇਲੀਗਲ ਵੈਪਨ ਜਿਸ ਤਰ੍ਹਾਂ? 2012 ਦੇ ਵਿੱਚ FIR ਰਜਿਸਟਰ ਹੋਈ ਸੀ ਦਿਆਲਪੁਰੇ ਥਾਣੇ, ਉਹਦੇ ਵਿੱਚ ਕੁਛ ਗਨਮੈਨ ਸੀ ਉਹਨਾਂ ਤੋਂ ਗੋਲੀ ਚੱਲ ਗਈ ਸੀ ਤੇ ਉਸ ਕੇਸ ਦੇ ਵਿੱਚ ਆ ਕੇਸ ਪ੍ਰੋਪਰਟੀ ਸੀ, ਦੋ AK-47 ਤੇ ਇੱਕ 9mm ਦਾ ਪਿਸਟਲ ਵੀ। ਤੇ ਇਹ ਜਦੋਂ FSL ਲੈਬ 'ਚ ਭੇਜਿਆ ਗਿਆ ਇਹਨਾਂ ਨੂੰ ਜਦੋਂ ਵਾਪਸ ਆਏ ਉਸ ਤੋਂ ਬਾਅਦ ਉਦੋਂ ਦੀ ਇਹ ਥਾਣੀ ਸੀ ਤੇ ਇਹ ਬੇਸਿਕਲੀ ਹੈ ਸਰਕਾਰੀ ਅਸਲਾ ਆ ਪਰ ਕੇਸ ਪ੍ਰੋਪਰਟੀ ਸੀ 2022 ਦੇ ਮੁਕਦਮੇ ਦੇ ਵਿੱਚ। ਉਹ 5/12 ਹੈ FIR ਨੰਬਰ 5/12 FIR ਨੰਬਰ ਦੀ ਕੇਸ ਪ੍ਰੋਪਰਟੀ ਸੀ ਆ ਥਾਣਾ ਦਿਆਲਪੁਰੀ ਦਾ ਜਿਹੜਾ ਕੇਸ ਰਜਿਸਟਰ ਹੋਇਆ ਸੀ। ਇਹਨਾਂ ਨੂੰ ਇੱਥੋਂ ਬਠਿੰਡੇ ਤੋਂ ਹੀ ਗ੍ਰਿਫਤਾਰ ਕੀਤਾ। ਰਿਮਾਂਡ ਤੇ ਲੈ ਲਿਆ ਕਿਉਂਕਿ ਪਹਿਲਾਂ ਵੀ ਇਹ ਜਿਹੜਾ ਭਗਤੇ ਵਾਲੇ ਕੇਸ ਦੇ ਵਿੱਚ ਸੀਗਾ ਉਸ ਤੋਂ ਬਾਅਦ ਇਹ ਰਿਮਾਂਡ ਤੇ ਲਿਆ ਕਿ ਉਦੋਂ ਇਹਦੀ ਪੁੱਛਗਿੱਛ ਪ੍ਰੋਪਰ ਹੋਈ ਨਹੀਂ। ਉਦੋਂ ਵੀ ਇਹਦੀ ਅਸੀਂ ਡਿਜ਼ਾਈਨ ਨਾਲ ਪੁੱਛਗਿੱਛ ਕੀਤੀ ਸੀ।
ਪਰ ਹੁਣ ਜਦੋਂ ਸਾਡੇ ਕੋਲ ਹੋਰ ਐਵੀਡੈਂਸ ਆਏ ਕੋਰੋਬਰੇਟਿਵ ਉਹਦੇ ਐਵੀਡੈਂਸ ਆਏ ਅਸੀਂ ਪੂਰੀ ਆਪਣੀ ਤਸੱਲੀ ਕੀਤੀ ਉਸ ਤੋਂ ਬਾਅਦ ਜਦੋਂ ਇਹਦੀ ਪੁੱਛਗਿੱਛ ਕੀਤੀ ਹੈ ਇਸ ਕੇਸ ਦੇ ਵਿੱਚ ਗ੍ਰਿਫਤਾਰ ਕਰਕੇ ਫਿਰ ਆ ਸਾਰਾ ਜਿਹੜਾ ਹੈ ਵਾਰਦਾਤ ਜਿਹੜਾ ਵੀ ਕ੍ਰਾਈਮ ਸੀ ਆ ਮੰਨ ਗਿਆ ਤੇ ਇਹਨੇ ਆਪਣੀ ਨਿਸ਼ਾਨਦੇਹੀ ਤੇ ਹੀ ਇਹ ਵੈਪਨ ਵੀ ਰਿਕਵਰ ਕਰਾਤੇ ਇਹਦੀ ਨਿਸ਼ਾਨਦੇਹੀ ਤੇ ਇਹਦੇ ਕਰਦੇ ਲੱਗੇ ਤੋਂ ਹੀ ਉੱਥੋਂ ਹੀ ਇਹਨੇ ਜਿਹੜੀ ਡਿਸਕਲੋਜ਼ ਕੀਤੀ ਨਾ ਤਾਂ ਉੱਥੋਂ ਹੀ ਬਰਾਮਦ ਹੋਈ ਰਿਕਾਰਡ ਹਾਸਿਲ ਕਰਨ ਦੀ ਕੋਸ਼ਿਸ਼ ਕਰਨ ਡੇ ਆ ਲੇਕਿਨ 165/22 ਐਫ ਆਈ ਆਰ ਆਲਰੇਡੀ ਰਜਿਸਟਰਡ ਹੈ ਉਹਦੇ ਵਿੱਚ ਦਿਆਲਪੁਰੇ ਥਾਣੇ ਤੋਂ ਕਾਫੀ ਕੇਸ ਪ੍ਰੋਪਰਟੀ ਤੇ ਜਿਹੜਾ ਹੈ ਮੱਦੇਮਾਨ ਤਸਲਾ ਉਹ ਮਿਸਿੰਗ ਹੈ ਅਸੀਂ ਉਹਨਾਂ ਦੇ ਨਾਲ ਵੀ ਇਹਦਾ ਮਿਲਾਨ ਕਰਨ ਡੇ ਆ ਕੁਝ ਅਦਲਾ ਤਾਂ ਮਿਲ ਚੁੱਕਿਆ ਸੀਗਾ ਪਹਿਲਾਂ ਲੇਕਿਨ ਹੋਰ ਵੀ ਹਜੇ ਅਸਲਾ ਜਿਹੜਾ ਉਹਦੇ ਵਿੱਚ 9 ਮੱਦੇਮਾਨ ਤਸਲੇ ਜਿਹੜੇ ਨੇ 165/22 ਦੇ ਵਿੱਚ ਗੁੰਮ ਨੇ ਉਸ ਤੋਂ ਇਲਾਵਾ ਕੁਝ ਕੇਸ ਪ੍ਰੋਪਰਟੀ ਦੇ ਤਸਲੇ ਵੀ ਗੁੰਮ ਨੇ ਉਹਨਾਂ 'ਚੋਂ 4 ਅਸਲੇ ਰਿਕਵਰ ਹੋ ਗਏ ਸੀ ਉਸ ਟਾਈਮ ਵੀ ਤੁਹਾਨੂੰ ਅਸੀਂ ਬਰੀਫ ਕੀਤਾ ਸੀ ਤੇ ਹੁਣ 5 ਹਜੇ ਉਹਨਾਂ ਤੋਂ ਵੀ ਰਿਕਵਰ ਕਰਾਣੇ ਰਹਿੰਦੇ ਆ ਇੱਕ ਸਰ ਇਹਨੇ ਮੋਗੇ ਮਣੀਪਿੰਡ ਨਾਮ ਦੇ ਗੈਂਗਸਟਰ ਨੂੰ ਦਿੱਤੇ ਨੇ ਜਿਹੜੇ ਉਹ ਬਰਾਮਦ ਕਰ ਲਏ ਜਾਂ ਹਲੇ ਉਹ ਪ੍ਰੋਸੈਸ ਹੈ ਫਰਦਰ ਇਨਵੈਸਟੀਗੇਸ਼ਨ 'ਚ ਉਹ ਸਾਰਾ ਹਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਸਰ ਇੱਕ ਅੱਜ ਹੋਟਲ ਤੇ ਰੇਡ ਪਈ ਸੂਆ ਉਹ ਕੀ ਮਾਮਲਾ ਸਰ ਉਹਦੇ ਵਿੱਚ ਵੀ ਉਹ ਅਸੀਂ ਇੱਕ ਮਾਰਨਿੰਗ ਕਾਸੋ ਆਪਰੇਸ਼ਨ ਕੀਤਾ ਸੀ ਜੁਆਇੰਟਲੀ ਉਹਦੇ ਵਿੱਚ ਪੁਲਿਸ ਥਾਣੇ ਦੀ ਟੀਮਾਂ ਪੀਸੀਆਰ ਦੀ ਟੀਮਾਂ ਤੇ ਸੀਆਈਏ ਦੀ ਟੀਮਾਂ ਸੀ ਐਸਟੀਐਫ ਦੀ ਟੀਮ ਵੀ ਸਾਡੇ ਨਾਲ ਸੀ ਉਹ ਸ਼ੱਕ ਦੇ ਬਿਨਾਂ ਤੇ ਕੁਝ ਬੰਦੇ ਅਸੀਂ ਪੁੱਛਗਿੱਛ ਕਰਨ ਲਈ ਬੁਲਾਏ ਨੇ ਉਹ ਸਾਡਾ ਸਾਰਾ ਪ੍ਰੋਸੈਸ ਚੱਲਣ ਡਿਆ ਉਹਦੇ ਵਿੱਚ ਵੀ ਜੇ ਕੁਝ ਨਿਕਲੂਗਾ ਉਹ ਤੁਹਾਨੂੰ ਅਸੀਂ ਦੱਸ ਦੇਵਾਂ ਕਿੰਨੇ ਬੰਦੇ ਫਿੱਤੇ ਉਹਦੇ ਵਿੱਚ ਕੁਝ ਸ਼ੱਕੀ ਬੰਦੇ ਅਸੀਂ ਹਿਰਾਸਤ 'ਚ ਲਏ ਹਾਂ ਪੁੱਛਗਿੱਛ ਕਰਨ ਲਈ ਉਹ ਸਾਰਾ ਮਾਮਲਾ ਹਜੇ ਔਨਗੋਇੰਗ ਹੀ ਹੈਗਾ ਤੇ ਉਹ ਤੁਹਾਨੂੰ ਦੱਸ ਦੇਵਾਂਗੇ ਕੀ ਚੱਲਣਾ ਤੇ ਚੱਲ ਰਿਹਾ ਵੀ ਉਹ ਜਿਹੜੇ ਗੈਂਗਸਟਰ ਹੀ ਦੱਸੇ ਜਾ ਰਹੇ ਨੇ ਜਿਹੜੇ ਹਿਰਾਸਤ 'ਚ ਲਏ ਆ ਇਹ ਪੰਜ ਜਣੇ ਦੱਸੇ ਜਾ ਰਹੇ ਨੇ ਬੰਦੇ ਕਹਿੰਦੇ ਵੀ ਗੈਂਗਸਟਰਾਂ ਤੋਂ ਨਾਮੀ ਉਹ ਸਾਰਾ ਅਸੀਂ ਚੈੱਕ ਕਰਕੇ ਤੁਹਾਨੂੰ ਡਿਟੇਲ 'ਚ ਬਾਅਦ 'ਚ ਦੱਸ ਦੇਵਾਂ ਉਹ ਹਜੇ ਔਨਗੋਇੰਗ ਪ੍ਰੋਸੈਸ ਹੈ ਤੁਹਾਨੂੰ ਦੱਸ ਦੇਵਾਂ ਸਰ ਇੱਕ ਅਮਰੀਕ ਸਿੰਘ ਰੋਡ ਤੇ ਇੱਕ ਵਿਅਕਤੀ ਬਰਗਰ ਖਾਣ ਆਇਆ ਸੀ ਉਹਦੇ 4-5 ਵਿਅਕਤੀਆਂ ਨੇ ਕੁਲਹਾੜੀਆਂ ਮਾਰ ਕੇ ਉਹਨੂੰ ਕਾਫੀ ਜ਼ਖਮੀ ਕਰ ਦਿੱਤਾ ਸੀ ਉਸ ਕੇਸ ਬਾਰੇ ਕੀ ਬਣਿਆ ਉਹ ਹਜੇ ਇਸ ਕੇਸ ਬਾਰੇ ਅਸੀਂ ਗੱਲ ਕਰ ਲਈਏ ਉਹ ਬਾਅਦ 'ਚ ਮੈਂ ਤੁਹਾਨੂੰ ਸਾਰੀ ਡਿਟੇਲ ਦੱਸ ਦੇਵਾਂ ਥੈਂਕ ਯੂ ਇਸ ਕੇਸ ਤੋਂ ਰਿਲੇਟਡ ਜੇ ਕੋਈ ਹੋਰ ਕੁਐਸਚਨ ਹੈ ਤੁਸੀਂ ਪੁੱਛੋ ਝੀਲ ਵਾਲਾ ਪੁੱਛਣਾ ਸੀ ਜੋ ਇਹਨੇ ਇੱਕ ਰਾਈਫਲ ਤੋੜ ਕੇ ਸੁੱਟੀ ਹੈ ਝੀਲ ਦੇ ਵਿੱਚ ਇਹ ਮੰਨਿਆ ਵੀ ਹੈ ਪੁਲਿਸ ਕੋਲ ਮੇਰੇ ਸੋਰਸਾਂ ਨੇ ਮੈਨੂੰ ਇਹ ਸਾਰੀ ਗੱਲ ਦੱਸੀ ਵੀ ਉਹਨੇ ਰਾਈਫਲ ਜਿਹੜੀ ਤੋੜ ਕੇ ਸੁੱਟੀ ਹੈ ਝੀਲ ਦੇ ਵਿੱਚ ਉਹ ਹਲੇ ਤੱਕ ਬਰਾਮਦ ਨਹੀਂ ਕੀਤੀ ਉਹ ਸਾਰਾ ਅਸੀਂ ਵੈਰੀਫਾਈ ਕਰ ਲੈਂਦੇ ਹਾਂ ਜੇ ਇਹਨਾਂ ਦੀ ਪੁੱਛਗਿੱਛ ਤੇ ਡਿਊਰਿੰਗ ਇਨਵੈਸਟੀਗੇਸ਼ਨ ਉਹ ਉਹਦਾ ਦੀ ਜੇ ਕੋਈ ਗੱਲਬਾਤ ਆਊਗੀ ਤੁਹਾਨੂੰ ਅਸੀਂ ਦੱਸ ਦਿਆਂਗੇ ਇਹ ਤੁਹਾਡਾ ਪੁਲਿਸ ਮੁਲਾਜ਼ਮ ਨੇ ਕਿੰਨੀ ਦੇਰ ਤੋਂ ਇਨਵੋਲਵ ਹੈ ਜੀ ਇਸ ਇਹ ਜੇ ਕ੍ਰਾਈਮ 2012 ਤੋਂ ਲਗਾਤਾਰ ਚੱਲ ਰਿਹਾ ਤਾਂ 23 ਹੋ ਗਈ ਹੈ ਦਿਆਲਪੁਰੇ ਥਾਣੇ ਮੁਖਮੁਨਸ਼ੀ ਸੀ ਇਹਦੇ ਨਾਲ ਇੱਕ ਸਾਹਿਬ ਸਿੰਘ ਇਹਨਾਂ ਦੋਨਾਂ ਨੇ ਰਲ ਕੇ ਥਾਣੇ ਚੋਂ ਕਾਫੀ ਅਸਲੇ ਗਾਇਬ ਕੀਤੇ ਸੀ ਤੇ ਜਦੋਂ ਸਿਟੀ ਰਾਮਪੁਰੇ ਇੱਕ ਐਫ ਆਈ ਆਰ ਰਜਿਸਟਰ ਹੋਈ ਸੀ ਉਦੋਂ ਇੱਕ ਅਸਲਾ ਜਿਹੜਾ ਬਰਾਮਦ ਹੋਇਆ ਸੀ ਉਦੋਂ ਜਦੋਂ ਅਸੀਂ ਚੈੱਕ ਕੀਤਾ ਉਦੋਂ ਆ ਸਾਰੀ ਜਿਹੜੀ ਹੈ ਅਨਕਵਰ ਹੋਇਆ ਸਾਰਾ ਜਿਹੜਾ ਇਹਦਾ ਜਿਹੜਾ ਮੋਡਸ ਓਪਰੈਂਡੀ ਹੈ ਫਿਰ ਉਸ ਤੋਂ ਬਾਅਦ ਫੈਕਟ ਫਾਈਂਡਿੰਗ ਕਮੇਟੀ ਵੀ ਬਣੀ ਸੀ ਲਾਸਟ ਈਅਰ ਉਹਨਾਂ ਨੇ ਰਿਪੋਰਟ ਦਿੱਤੀ ਉਹਦੇ ਬੇਸਿਸ ਤੇ ਇਹ ਸਾਰੀ ਕਾਰਵਾਈ ਹੋਈ ਲਗਾਤਾਰ ਇਹ ਬੰਦਾ ਮੁਨਸ਼ੀ ਲੱਗਦਾ ਆ ਰਿਹਾ ਲੇਕਿਨ ਇਹੋ ਜਿਹੇ ਬੰਦੇ ਨੂੰ ਫਿਰ ਮੁਨਸ਼ੀ ਕਿਉਂ ਲਾਇਆ ਜਾ ਰਿਹਾ ਜਦੋਂ ਕੋਈ ਪਹਿਲਾਂ ਵੀ ਇਹ ਜਦੋਂ ਆ ਉਜਾਗਰ ਹੋਇਆ ਸਾਰਾ ਮਾਮਲਾ ਉਸ ਤੋਂ ਬਾਅਦ ਤਾਂ ਸਸਪੈਂਡ ਕੀ ਚੱਲਣ ਡਿਆ ਤੇ ਹੁਣ ਤਾਂ ਇਹਨੂੰ ਮਹਿਕਮੇ ਚੋਂ ਵੀ ਡਿਸਮਿਸ ਕਰਤਾ ਹੈ ਪਹਿਲਾਂ ਜਦੋਂ ਮੁਨਸ਼ੀ ਸੀ ਉਦੋਂ ਇਹਨੇ ਆ ਸਾਰਾ ਕ੍ਰਾਈਮ ਕੀਤਾ ਪਰ ਜਦੋਂ ਆ ਕ੍ਰਾਈਮ ਉਜਾਗਰ ਹੋ ਗਿਆ ਉਸ ਤੋਂ ਬਾਅਦ ਤੋਂ ਇਹਨੂੰ ਕੋਈ ਵੀ ਪੋਸਟਿੰਗ ਨਹੀਂ ਦਿੱਤੀ ਗਈ ਉਹਨੂੰ ਵੀ 3-4 ਮਹੀਨੇ ਹੋ ਗਏ ਡਿਸਮਿਸ ਕੀਤੇ ਹੋਏ ਜਦੋਂ ਬੰਦੇ ਨੂੰ ਡਿਸਮਿਸ ਕਰਦੇ ਆ ਉਹਦੀ ਡਿਪਾਰਟਮੈਂਟਲ ਇਨਕੁਆਇਰੀ ਹੁੰਦੀ ਹੈ ਉਹਨੂੰ ਨੋਟਿਸ ਦਿਏ ਜਾਂਦੇ ਇਹਦੇ ਵਿੱਚ ਪ੍ਰੋਸੈਸ ਹੈਗਾ ਆ ਥੋੜੇ ਕੁਛ ਮਹੀਨਿਆਂ ਦਾ ਜਮਾਨਤ ਤੇ ਸੀ 165/22 ਮੁਕਦਮੇ ਇਸ ਤੋਂ ਇਲਾਵਾ ਇਹ ਤੇ 4 ਮੁਕਦਮੇ ਹੋਰ ਦਰਜ ਨੇ ਉਹਦੀ ਵੀ ਡਿਟੇਲ ਅਸੀਂ ਪ੍ਰੈਸ ਨੋਟਸ ਦਿੱਤੀ ਹੈ ਇਹ ਤੇ 4 ਮੁਕਦਮੇ ਦਰਜ ਨੇ ਆ 5 ਮੁਕਦਮੇ ਆਏ ਸੰਦੀਪ ਸਿੰਘ ਤੇ ਉਹ ਕਦੇ ਨਹੀਂ ਸਰ ਉਸ ਜਿਹੜੀ ਉਹ ਮਾਮਲੇ ਦੀ ਇਹ ਵੀ ਆਮ ਜੱਗ ਦੇ ਨੇ ਮੁਕਦਮਾ ਜਿਹੜੇ ਹੈ ਸਾਰੀ ਡਿਟੇਲ ਪ੍ਰੈਸ ਨੋਟਸ 455 ਹੋ ਰਹਾ ਵੀ ਇਹਦਾ ਜਿਹੜਾ ਬਰਾਮਦ ਹੋਇਆ ਸੀ ਹੁਣ